ਸਤਿ ਸ਼੍ਰੀ ਅਕਾਲ ਸਾਰੇ ਵਿਦਿਆਰਥੀਆਂ ਨੂੰ ਸਵਾਗਤ ਕੀਤਾ ਜਾਂਦਾ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਰਿੰਦਰ ਐਜੂਕੇਸ਼ਨ ਵਿੱਚ ਅੱਜ ਅਸੀਂ ਸਿੱਖਦੇ ਮਹੱਤਵਪੂਰਨ ਟੌਪਿਕ ਰਾਜਪਾਲ ਜਾਂ ਗਵਰਨਰ ਬਾਰੇ ਪੜ੍ਹਾਂਗੇ ਤਾਂ ਵੀਡੀਓ ਸ਼ੁਰੂ ਕਰਦੇ ਹਾਂਗੇ ਭਾਰਤੀ ਸੰਵਿਧਾਨ ਦੇ ਆਰਟੀਕਲ 152 ਦੇ ਅਧੀਨ ਰਾਜਪਾਲ ਦੇ ਅਹੁਦੇ ਦੀ ਵਿਵਸਥਾ ਕੀਤੀ ਗਈ ਆਗੀ ਇਹਦੇ ਅਨੁਸਾਰ ਰਾਜਾਂ ਦਾ ਮੁਖੀ ਰਾਜਪਾਲ ਹੋਵੇਗਾ ਤੇ ਜਿਹੜਾ ਰਾਜਪਾਲ ਆਗਾ ਉਹ ਰਾਜ ਦਾ ਨਾ ਮਾਤਰ ਮੁਖੀ ਹੁੰਦਾਗਾ ਮਤਲਬ ਕਿ ਜਿਹਦੇ ਨਾਂ ਉੱਪਰ ਰਾਜ ਦਾ ਪੂਰਾ ਸ਼ਾਸਨ ਤਾਂ ਚਲਾਇਆ ਜਾਂਦਾਗਾ ਪਰ ਅਸਲ ਵਿੱਚ ਸ਼ਕਤੀਆਂ ਦੀ ਵਰਤੋਂ ਰਾਜ ਦਾ ਮੁੱਖ ਮੰਤਰੀ ਕਰਦਾਗਾ ਅੱਗੇ ਹੈਗਾਗਾ ਆਰਟੀਕਲ 153 ਇਸ ਦੇ ਅਨੁਸਾਰ ਦੋ ਜਾਂ ਦੋ ਤੋਂ ਜ਼ਿਆਦਾ ਰਾਜਾਂ ਦੇ ਲਈ ਇੱਕ ਰਾਜਪਾਲ ਹੋ ਸਕਦਾਗਾ ਅੱਗੇ ਹੈਗਾਗਾ ਆਰਟੀਕਲ 154 ਇਸ ਆਰਟੀਕਲ ਦੇ ਵਿੱਚ ਰਾਜਪਾਲ ਦੇ ਕਾਰਜ ਤੇ ਸ਼ਕਤੀਆਂ ਦਾ ਵਰਣਨ ਕੀਤਾ ਗਿਆਗਾ ਅੱਗੇ ਹੈਗਾਗਾ ਆਰਟੀਕਲ 155 ਇਹ ਜਿਹੜਾ ਆਰਟੀਕਲ ਹੈਗਾ ਇਹ ਰਾਜਪਾਲ ਦੀ ਨਿਯੁਕਤੀ ਨਾਲ ਸੰਬੰਧਿਤ ਹੈਗਾ ਤੇ ਹਰੇਕ ਰਾਜ ਦੇ ਰਾਜਪਾਲ ਦੀ ਜਿਹੜੀ ਨਿਯੁਕਤੀ ਆ ਗਈ ਉਹ ਰਾਸ਼ਟਰਪਤੀ ਕਰਦਾਗਾ ਤੇ ਉਹ ਰਾਸ਼ਟਰਪਤੀ ਦੀ ਮਰਜ਼ੀ ਤੱਕ ਹੀ ਅਹੁਦੇ ਉੱਤੇ ਰਹਿ ਸਕਦਾਗਾ ਅੱਗੇ ਹੈਗਾਗਾ ਆਰਟੀਕਲ 156 ਇਹ ਜਿਹੜਾ ਆਰਟੀਕਲ ਹੈਗਾ ਇਹ ਰਾਜਪਾਲ ਦੇ ਕਾਰਜਕਾਲ ਨਾਲ ਸੰਬੰਧਿਤ ਹੈਗਾ ਰਾਜਪਾਲ ਦਾ ਕਾਰਜਕਾਲ 5 ਸਾਲ ਦਾ ਹੁੰਦਾ ਹੈਗਾ ਪਰ ਰਾਸ਼ਟਰਪਤੀ ਜਿਹੜਾ ਉਹ 5 ਸਾਲ ਤੋਂ ਪਹਿਲਾਂ ਵੀ ਰਾਜਪਾਲ ਨੂੰ ਅਹੁਦੇ ਤੋਂ ਹਟਾ ਸਕਦਾ ਹੈਗਾ ਪਰ ਭਾਰਤੀ ਸੰਵਿਧਾਨ ਦੇ ਵਿੱਚ ਰਾਜਪਾਲ ਨੂੰ ਹਟਾਉਣ ਲਈ ਕਿਸੇ ਵੀ ਵਿਧੀ ਦਾ ਵਰਣਨ ਨਹੀਂ ਕੀਤਾ ਗਿਆ ਅੱਗੇ ਹੈ ਆਰਟੀਕਲ 157 ਤੇ 158 ਇਸ ਆਰਟੀਕਲ ਦੇ ਵਿੱਚ ਰਾਜਪਾਲ ਬਣਨ ਦੀਆਂ ਯੋਗਤਾਵਾਂ ਦਾ ਵਰਣਨ ਕੀਤਾ ਗਿਆਗਾ ਜਿਵੇਂ ਕਿ ਪਹਿਲੀ ਯੋਗਤਾ ਹੈਗੀ ਆ ਕਿ ਉਹ ਭਾਰਤ ਦਾ ਨਾਗਰਿਕ ਹੋਵੇ ਦੂਸਰੀ ਹੈਗੀ ਆ ਉਸ ਦੀ ਉਮਰ ਘੱਟੋ ਘੱਟ 35 ਸਾਲ ਹੋਵੇ ਤੇ ਇਹ ਜਿਹੜੀ ਉਮਰ ਆ ਗਈ ਇਹ ਤੁਹਾਨੂੰ ਐਗਜ਼ਾਮ ਦੇ ਵਿੱਚ ਵੀ ਪੁੱਛੀ ਜਾ ਸਕਦੀ ਆਗੀ ਇਸ ਲਈ ਇਹਦਾ ਤੁਸੀਂ ਧਿਆਨ ਰੱਖਣਾਗਾ ਐਗਜ਼ਾਮ ਦੇ ਵਿੱਚ ਤੁਹਾਨੂੰ ਐ ਪੁੱਛਿਆ ਜਾ ਸਕਦਾਗਾ ਕਿ ਰਾਜਪਾਲ ਬਣਨ ਲਈ ਘੱਟੋ ਘੱਟ ਜਿਹੜੀ ਉਮਰ ਆ ਗਈ ਉਹ ਕਿੰਨੀ ਹੋਣੀ ਚਾਹੀਦੀ ਆਗੀ ਤੀਸਰੀ ਯੋਗਤਾ ਹੈਗੀ ਆ ਕਿ ਉਹ ਕਿਸੇ ਰਾਜ ਵਿੱਚ ਵਿਧਾਨ ਮੰਡਲ ਜਾਂ ਸੰਸਦ ਦਾ ਮੈਂਬਰ ਨਾ ਹੋਵੇ ਜੇਕਰ ਉਹ ਰਾਜ ਵਿਧਾਨ ਮੰਡਲ ਜਾਂ ਸੰਸਦ ਦਾ ਮੈਂਬਰ ਹੈਗਾਗਾ ਤਾਂ ਰਾਜਪਾਲ ਬਣਨ ਤੋਂ ਪਹਿਲਾਂ ਉਹਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਊਗਾ ਚੌਥੀ ਕੁਆਲੀਫਿਕੇਸ਼ਨ ਹੈਗੀ ਆ ਕਿ ਉਹ ਸਰਕਾਰ ਦੇ ਅਧੀਨ ਕਿਸੇ ਲਾਭਕਾਰੀ ਅਹੁਦੇ ਉੱਤੇ ਨਾ ਹੋਵੇ ਤੇ ਉਹ ਪਾਗਲ ਜਾਂ ਦਿਵਾਲੀਆ ਨਾ ਹੋਵੇ ਅੱਗੇ ਹੈ ਆਰਟੀਕਲ 169 ਇਸ ਆਰਟੀਕਲ ਦੇ ਅਨੁਸਾਰ ਰਾਜਪਾਲ ਨੂੰ ਹਾਈ ਕੋਰਟ ਦਾ ਮੁੱਖ ਜਾਜਾ ਜਿਹੜਾ ਉਹ ਸੌ ਝਗਾਉਂਦਾਗਾ ਅੱਗੇ ਹੈਗਾ ਆਰਟੀਕਲ 161 ਇਸ ਆਰਟੀਕਲ ਦੇ ਅਨੁਸਾਰ ਰਾਜਪਾਲ ਆਪਣੇ ਰਾਜ ਦੇ ਕਿਸੇ ਅਪਰਾਧੀ ਵਿਅਕਤੀ ਦੀ ਸਜ਼ਾ ਮਾਫ ਜਾਂ ਘਟ ਕਰ ਸਕਦਾਗਾ ਇੱਥੇ ਇੱਕ ਗੱਲ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ ਕਿ ਰਾਜਪਾਲ ਸਿਰਫ ਰਾਜ ਸੂਚੀ ਦੇ ਵਿਸ਼ੇ ਉੱਤੇ ਹੀ ਅਪਰਾਧ ਕਰਨ ਵਾਲੇ ਵਿਅਕਤੀ ਦੀ ਸਜ਼ਾ ਜਿਹੜੀ ਉਹ ਮਾਫ ਕਰ ਸਕਦਾ ਹੈਗਾ ਇਸ ਤੋਂ ਇਲਾਵਾ ਜੇਕਰ ਕਿਸੇ ਵਿਅਕਤੀ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਹੈਗੀ ਤਾਂ ਰਾਜਪਾਲ ਮੌਤ ਦੀ ਸਜ਼ਾ ਨੂੰ ਨਹੀਂ ਰੋਕ ਸਕਦਾ ਅੱਗੇ ਆਪਾਂ ਰਾਜਪਾਲ ਦੀਆਂ ਸ਼ਕਤੀਆਂ ਤੇ ਕੰਮ ਦੀ ਗੱਲ ਕਰਦੇ ਹਾਂਗੇ ਸਭ ਤੋਂ ਪਹਿਲਾਂ ਆਪਾਂ ਕਾਰਜਕਾਰੀ ਸ਼ਕਤੀਆਂ ਦੀ ਗੱਲ ਕਰਦੇ ਹਾਂਗੇ ਪਹਿਲਾ ਪੁਆਇੰਟ ਹੈਗਾਗਾ ਰਾਜਪਾਲ ਮੁੱਖ ਮੰਤਰੀ ਦੀ ਨਿਯੁਕਤੀ ਕਰਦਾ ਹੈ ਤੇ ਰਾਜਪਾਲ ਉਸ ਵਿਅਕਤੀ ਨੂੰ ਹੀ ਮੁੱਖ ਮੰਤਰੀ ਨਿਯੁਕਤ ਕਰਦਾਗਾ ਜੋ ਵਿਧਾਨ ਸਭਾ ਵਿੱਚ ਬਹੁਮਤ ਦਲ ਦਾ ਨੇਤਾ ਹੁੰਦਾਗਾ ਤੇ ਉਹਦੀ ਸਲਾਹ ਨਾਲ ਹੀ ਮੰਤਰੀ ਪਰਿਸ਼ਦ ਦੇ ਮੰਤਰੀਆਂ ਦੀ ਨਿਯੁਕਤੀ ਕਰਦਾਗਾ ਦੂਸਰਾ ਪੁਆਇੰਟ ਹੈਗਾਗਾ ਰਾਜਪਾਲ ਮੰਤਰੀ ਪਰਿਸ਼ਦ ਦੇ ਕਿਸੇ ਵੀ ਮੰਤਰੀ ਨੂੰ ਮੁੱਖ ਮੰਤਰੀ ਦੀ ਸਲਾਹ ਨਾਲ ਹਟਾ ਸਕਦਾਗਾ ਤੀਸਰਾ ਪੁਆਇੰਟ ਹੈਗਾ ਗਾ ਰਾਜ ਦੇ ਐਡਵੋਕੇਟ ਜਨਰਲ ਲੋਕ ਸੇਵਾ ਆਯੋਗ ਦੇ ਚੇਅਰਮੈਨ ਤੇ ਰਾਜਾਂ ਦੇ ਹੋਰ ਉੱਚ ਅਧਿਕਾਰੀਆਂ ਦੀ ਨਿਯੁਕਤੀ ਰਾਜਪਾਲ ਹੀ ਕਰਦਾਗਾ ਚੌਥਾ ਪੁਆਇੰਟ ਹੈਗਾ ਗਾ ਹਾਈ ਕੋਰਟ ਦੇ ਜੱਜਾਂ ਦੀ ਨਿਯੁਕਤੀ ਆ ਜਿਹੜੀ ਉਹ ਰਾਸ਼ਟਰਪਤੀ ਕਰਦਾਗਾ ਪਰ ਰਾਸ਼ਟਰਪਤੀ ਉੱਚ ਅਦਾਲਤ ਦੇ ਜੱਜਾਂ ਦੀ ਨਿਯੁਕਤੀ ਸਮੇਂ ਰਾਜਪਾਲ ਦੀ ਸਲਾਹ ਲੈਂਦਾਗਾ ਤੇ ਪੰਜਵਾਂ ਪੁਆਇੰਟ ਹੈਗਾਗਾ ਜ਼ਿਲ੍ਹਾ ਅਦਾਲਤਾਂ ਦੇ ਜੱਜਾਂ ਦੀ ਨਿਯੁਕਤੀ ਅਤੇ ਤਰੱਕੀ ਵੀ ਰਾਜਪਾਲ ਦੁਆਰਾ ਕੀਤੀ ਜਾਂਦੀ ਹੈਗੀ ਅੱਗੇ ਆਪਾਂ ਰਾਜਪਾਲ ਦੀਆਂ ਵਿਧਾਨਿਕ ਸ਼ਕਤੀਆਂ ਦੀ ਗੱਲ ਕਰਦੇ ਹਾਂਗੇ ਪਹਿਲਾ ਪੁਆਇੰਟ ਹੈਗਾਗਾ ਰਾਜਪਾਲ ਵਿਧਾਨ ਮੰਡਲ ਦੇ ਦੋਹਾਂ ਸਦਨਾਂ ਮਤਲਬ ਕਿ ਵਿਧਾਨਪ੍ਰੀਸ਼ਦ ਤੇ ਵਿਧਾਨ ਸਭਾ ਵਿੱਚ ਭਾਸ਼ਣ ਦੇ ਸਕਦਾਗਾ ਤੇ ਉਹਨਾਂ ਨੂੰ ਸੰਦੇਸ਼ ਭੇਜ ਸਕਦਾਗਾ ਦੂਸਰਾ ਪੁਆਇੰਟ ਹੈਗਾਗਾ ਕਿ ਰਾਜ ਵਿਧਾਨ ਮੰਡਲ ਵੱਲੋਂ ਪਾਸ ਕੀਤਾ ਹੋਇਆ ਬਿਲ 19 ਦੇ ਤੱਕ ਕਾਨੂੰਨ ਨਹੀਂ ਬਣ ਸਕਦਾ ਜਦ ਤੱਕ ਰਾਜਪਾਲ ਆਪਣੀ ਮਨਜ਼ੂਰੀ ਨਾ ਦੇਵੇ ਤੀਸਰਾ ਪੁਆਇੰਟ ਹੈਗਾਗਾ ਰਾਜਪਾਲ ਅਧਿਆਦੇਸ਼ ਜਾਰੀ ਕਰ ਸਕਦਾ ਹੈ ਜੇਕਰ ਵਿਧਾਨ ਮੰਡਲ ਦਾ ਸਮਾਗਮ ਨਹੀਂ ਚੱਲ ਰਿਹਾ ਤਾਂ ਰਾਜਪਾਲ ਇਕੱਲਾ ਹੀ ਅਧਿਆਦੇਸ਼ ਜਾਰੀ ਕਰਕੇ ਕਾਨੂੰਨ ਬਣਾ ਸਕਦਾ ਹੈ ਪਰ ਜਦੋਂ ਹੀ ਵਿਧਾਨ ਮੰਡਲ ਦਾ ਸਮਾਗਮ ਸ਼ੁਰੂ ਹੋ ਜਾਂਦਾਗਾ ਤਾਂ ਇਸ ਕਾਨੂੰਨ ਨੂੰ ਵਿਧਾਨ ਮੰਡਲ ਤੋਂ 6 ਹਫ਼ਤਿਆਂ ਦੇ ਵਿੱਚ ਮਨਜ਼ੂਰੀ ਲੈਣੀ ਜ਼ਰੂਰੀ ਆਗੀ ਪਰ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਇਹ ਜਿਹੜਾ ਕਾਨੂੰਨ ਆਗਾ ਇਹ ਆਪਣੇ ਆਪ ਹੀ ਖਤਮ ਹੋ ਜਾਂਦਾਗਾ ਇਸ ਤੋਂ ਇਲਾਵਾ ਇਹਦੇ ਵਿੱਚ ਤੁਸੀਂ ਇੱਕ ਹੋਰ ਗੱਲ ਧਿਆਨ ਦੇ ਵਿੱਚ ਰੱਖਣੀ ਆਗੀ ਉਹ ਹੈਗਾਗਾ ਆਰਟੀਕਲ 213 ਇਹਦੇ ਵਿੱਚ ਰਾਜਪਾਲ ਦੇ ਅਦੇਆਦੇਸ਼ ਜਾਰੀ ਕਰਨ ਦੀ ਸ਼ਕਤੀ ਦਾ ਵਰਣਨ ਕੀਤਾ ਗਿਆਗਾ 14ਵਾਂ ਪੁਆਇੰਟ ਹੈਗਾ ਕਿ ਰਾਜਪਾਲ ਮੁੱਖ ਮੰਤਰੀ ਦੀ ਸਲਾਹ ਤੇ ਵਿਧਾਨ ਸਭਾ ਨੂੰ ਭੰਗ ਵੀ ਕਰ ਸਕਦਾਗਾ 5ਵੇਂ ਪੁਆਇੰਟ ਦੇ ਵਿੱਚ ਦੱਸਿਆ ਗਿਆਗਾ ਕਿ ਰਾਜਪਾਲ ਵਿਧਾਨ ਪਰਿਸ਼ਦ ਵਿੱਚ ਕੁੱਲ ਮੈਂਬਰਾਂ ਦੇ 1/6 ਹਿੱਸਾ ਮੈਂਬਰ ਨਾਮਜ਼ਦ ਕਰਦਾਗਾ ਜਿਨ੍ਹਾਂ ਨੇ ਕਲਾ ਸਾਹਿਤ ਤੇ ਵਿਗਿਆਨ ਦੇ ਖੇਤਰ ਦੇ ਵਿੱਚ ਪ੍ਰਸਿੱਧੀ ਹਾਸਲ ਕੀਤੀ ਹੋਵੇ ਤੇ ਰਾਜਪਾਲਾ ਜਿਹੜਾ ਉਹ ਵਿਧਾਨ ਸਭਾ ਵਿੱਚ ਐਂਗਲੋ ਇੰਡੀਅਨ ਸਮੁਦਾਇ ਦੇ ਇੱਕ ਮੈਂਬਰ ਨੂੰ ਨਾਮਜ਼ਦ ਕਰਦਾਗਾ ਜਿਹਦਾ ਵਰਣਨ ਆਰਟੀਕਲ 333 ਦੇ ਵਿੱਚ ਕੀਤਾ ਗਿਆਗਾ ਅੱਗੇ ਰਾਜਪਾਲ ਦੀਆਂ ਵਿੱਤੀ ਸ਼ਕਤੀਆਂ ਦੀ ਗੱਲ ਕਰਦੇ ਹਾਂਗੇ ਪਹਿਲੇ ਪੁਆਇੰਟ ਦੇ ਵਿੱਚ ਇਹ ਦੱਸਿਆ ਗਿਆਗਾ ਕਿ ਰਾਜਪਾਲ ਦੀ ਸ਼ਿਫਾਰਿਸ਼ ਤੋਂ ਬਗੈਰ ਧਨ ਵਿੱਲ ਵਿਧਾਨ ਸਭਾ ਵਿੱਚ ਪੇਸ਼ ਨਹੀਂ ਕੀਤਾ ਜਾ ਸਕਦਾ ਦੂਸਰਾ ਪੁਆਇੰਟ ਹੈਗਾਗਾ ਸਾਲਾਨਾ ਬਜਟ ਰਾਜਪਾਲ ਵਿੱਤ ਮੰਤਰੀ ਰਾਹੀਂ ਵਿਧਾਨ ਸਭਾ ਵਿੱਚ ਪੇਸ਼ ਕਰਵਾਉਂਦਾਗਾ ਤੇ ਕੋਈ ਵੀ ਗ੍ਰਾਂਟ ਦੀ ਮੰਗ ਬਜਟ ਵਿੱਚ ਬਿਨਾਂ ਰਾਜਪਾਲ ਦੀ ਆਗਿਆ ਦੇ ਪੇਸ਼ ਨਹੀਂ ਹੋ ਸਕਦੀ ਅੱਗੇ ਆਪਾਂ ਗੱਲ ਕਰਦੇ ਹਾਂਗੇ ਨਿਆਂਇਕ ਸ਼ਕਤੀਆਂ ਦੀ ਇਦੇ ਵਾਰੀ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂਗੇ ਪਹਿਲਾ ਪੁਆਇੰਟ ਹੈਗਾ ਗਾ ਰਾਜਪਾਲ ਆਪਣੇ ਰਾਜ ਦੇ ਕਿਸੇ ਅਪਰਾਧੀ ਵਿਅਕਤੀ ਦੀ ਸਜ਼ਾ ਮਾਫ ਤੇ ਘੱਟ ਕਰ ਸਕਦਾਗਾ ਦੂਸਰਾ ਪੁਆਇੰਟ ਹੈਗਾ ਗਾ ਰਾਸ਼ਟਰਪਤੀ ਉੱਚ ਅਦਾਲਤ ਦੇ ਜੱਜਾਂ ਦੀ ਨਿਯੁਕਤੀ ਸਮੇਂ ਰਾਜਪਾਲ ਦੀ ਸਲਾਹ ਲੈਂਦਾਗਾ ਤੀਸਰਾ ਪੁਆਇੰਟ ਹੈਗਾ ਗਾ ਜ਼ਿਲ੍ਹਾ ਅਦਾਲਤਾਂ ਦੇ ਜੱਜਾਂ ਦੀ ਨਿਯੁਕਤੀ ਤੇ ਤਰੱਕੀ ਵੀ ਰਾਜਪਾਲ ਦੁਆਰਾ ਕੀਤੀ ਜਾਂਦੀ ਹੈਗੀ ਚੌਥਾ ਪੁਆਇੰਟ ਹੈਗਾ ਗਾ ਕਿ ਜੇਕਰ ਕਿਸੇ ਜ਼ਿਲ੍ਹਾ ਕੋਰਟ ਵਿੱਚ ਜ਼ਿਆਦਾ ਕੰਮ ਹੋਵੇ ਤਾਂ ਰਾਜਪਾਲ ਜੱਜਾਂ ਦੀ ਗਿਣਤੀ ਦੇ ਵਿੱਚ ਵਾਧਾ ਕਰ ਸਕਦਾਗਾ ਏ ਸੀਗੀਆਂ ਆਪਣੀਆਂ ਨਿਆਇਕ ਸ਼ਕਤੀਆਂ ਅੱਗੇ ਹੈਗੀਆਂ ਨੇ ਸਵੈ ਇੱਛਕ ਸ਼ਕਤੀਆਂ ਮਤਲਬ ਕਿ ਜਿਹੜੀਆਂ ਸ਼ਕਤੀਆਂ ਦੀ ਵਰਤੋਂ ਰਾਜਪਾਲ ਆਪਣੀ ਇੱਛਾ ਅਨੁਸਾਰ ਕਰਦਾਗਾ ਪਹਿਲਾ ਪੁਆਇੰਟ ਹੈਗਾਗਾ ਆਰਟੀਕਲ 356 ਦੇ ਅਧੀਨ ਜਦੋਂ ਰਾਜਾਂ ਵਿੱਚ ਰਾਸ਼ਟਰਪਤੀ ਰਾਜਸ਼ਾਸ਼ਨ ਲਾਗੂ ਹੁੰਦਾਗਾ ਤਾਂ ਸਾਰਾ ਪ੍ਰਸ਼ਾਸਨਿਕ ਕੰਟਰੋਲ ਰਾਜਪਾਲ ਕੋਲ ਆ ਜਾਂਦਾਗਾ ਮਤਲਬ ਕਿ ਰਾਜਪਾਲਾ ਜਿਹੜਾ ਉਹ ਰਾਜ ਦਾ ਅਸਲੀ ਮੁਖੀ ਬਣ ਜਾਂਦਾਗਾ ਤੇ ਸ਼ਕਤੀਆਂ ਦੀ ਵਰਤੋਂ ਆਪਣੀ ਇੱਛਾ ਦੇ ਅਨੁਸਾਰ ਕਰਦਾਗਾ ਦੂਸਰਾ ਪੁਆਇੰਟ ਹੈਗਾਗਾ ਜੇਕਰ ਕਿਸੇ ਰਾਜਨੀਤਿਕ ਦਲ ਨੂੰ ਵਿਧਾਨ ਸਭਾ ਵਿੱਚ ਸਪਸ਼ਟ ਬਹੁਮਤ ਪ੍ਰਾਪਤ ਨਾ ਹੋਵੇ ਤਾਂ ਰਾਜਪਾਲ ਕਿਸੇ ਵੀ ਅਜਿਹੇ ਵਿਅਕਤੀ ਨੂੰ ਮੁੱਖ ਮੰਤਰੀ ਬਣਾ ਸਕਦਾਗਾ ਜੋ ਉਸ ਦੀ ਨਜ਼ਰ ਵਿੱਚ ਸਰਕਾਰ ਬਣਾਉਣ ਦੇ ਯੋਗ ਹੋਵੇ ਇਹਦੇ ਨਾਲ ਹੀ ਆਪਣਾ ਅੱਜ ਦਾ ਇੰਪੋਰਟੈਂਟ ਟਾਪਿਕ ਰਾਜਪਾਲ ਜਾਂ ਜਿਸ ਨੂੰ ਇੰਗਲਿਸ਼ ਤੇ ਵਿੱਚ ਗਵਰਨਰ ਬੋਲਦੇ ਆਗੇ ਉਹ ਕੰਪਲੀਟ ਹੁੰਦਾਗਾ ਇਸ ਤੋਂ ਇਲਾਵਾ ਸਿਕਸ ਦੀਆਂ ਹੋਰ ਜਿਹੜੀਆਂ ਮਹੱਤਵਪੂਰਨ ਵੀਡੀਓਜ਼ ਨੇਗੀਆਂ ਉਹ ਸਾਡੇ ਚੈਨਲ ਤੇ ਅਪਲੋਡ ਨੇਗੀਆਂ ਜੋ ਤੁਸੀਂ ਪਲੇਲਿਸਟ ਦੇ ਵਿੱਚ ਜਾ ਕੇ ਦੇਖ ਸਕਦੇ ਹੋਗੇ ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਨਾਲ ਹੀ ਤੁਹਾਨੂੰ ਇੱਕ ਰਿਕਵੈਸਟ ਆ ਗਈ ਕਿ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ